ਹੈਲੋ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਛੋਟੇ ਬੱਚਿਆਂ ਵਾਸਤੇ ਡਿਜ਼ਾਇਨ ਲੈ ਕੇ ਆਏ ਹਾਂ, ਚਾਰ ਬੰਦਿਆਂ ਦਾ ਡਿਜ਼ਾਇਨ ਹੈ, ਦੋ ਸਲਾਈਆਂ 'ਚ ਬਣ ਜਾਂਦਾ। ਕੋਈ ਵੀ ਸਿਲਾਈ ਤੋਂ ਆਪਾਂ ਸ਼ੁਰੂ ਕਰ ਸਕਦੇ ਹਾਂ, ਜਿੱਦਾਂ ਕਿ ਪਹਿਲੀ ਸਿਲਾਈ ਉਹ ਲਾ ਲਓ, ਆਪਾਂ ਨੇ ਇਹ ਪਾ ਲਈ ਨਾ, ਇਹ ਮਿਕਸ ਜਿਹਾ ਫੰਦਾ ਬਣ ਜਾਂਦਾ, ਇਹ ਆਪਾਂ ਨੇ ਪਾ ਹੀ ਲਈ, ਤੇ ਨਿੱਕ ਦੇ ਹਿਸਾਬ ਨਾਲ ਪਾਈਏ। ਇੱਕ ਬੰਦਾ ਇਹਦਾ ਬੁਣ ਲਿਆ, ਇੱਕ ਫੋਕਾ ਲਾ ਲਿਆ, ਇੱਕ ਦੋ ਤਿੰਨ ਬੁਣ ਲਿਆ, ਇੱਕ ਫੋਕਾ ਲਾ ਲਿਆ, ਇੱਕ ਦੋ ਤਿੰਨ ਇਹ ਫੋਕਾ ਲਾ ਲਿਆ, ਇੱਕ ਦੋ ਤਿੰਨ ਇੱਕ ਫੋਕਾ, ਇੱਕ ਦੋ ਤਿੰਨ ਫੋਕਾ ਲਾ ਲਿਆ, ਇੱਕ ਦੋ ਤਿੰਨ ਇਹ ਫੋਕਾ ਲਾ ਲਿਆ। ਇੱਧਰ ਇੱਕ ਬੰਦਾ ਵੱਜ ਗਿਆ ਆਪਣਾ, ਇਹ ਬਣ ਲਿਆ। ਇਸ ਸਿਲਾਈ ਦੇ ਵਿੱਚ ਆਪਣਾ ਰੰਗ ਚੇਂਜ ਹੋਊਗਾ, ਆਪਾਂ ਨੇ ਪਹਿਲਾ ਬੰਦਾ ਕਾਲਾ ਬੁਣ ਲਿਆ, ਹੁਣ ਆਪਾਂ ਨੇ ਵਿਚਾਲਲਾ ਬੰਦਾ ਫੋਕਾ ਲਾਉਣਾ, ਜਿਹੜੇ ਤਿੰਨ ਨੇ ਇਹਨਾਂ ਦੇ ਵਿਚਾਲਲਾ, ਅਤੇ ਆਪਾਂ ਕਾਲੇ ਨਾਲ ਬੁਣਾਂਗੇ ਤਿੰਨ, ਇਹ ਆਪਾਂ ਨੇ ਫੋਕਾ ਲਾ ਲਿਆ, ਦੋ ਤਿੰਨ ਬੁਣ ਲਏ, ਇਹ ਆਪਾਂ ਨੇ ਫੋਕਾ ਲਾ ਲਿਆ, ਇੱਕ ਬੁਣ ਲਿਆ, ਦੋ ਇਹ ਤਿੰਨ ਨੇ, ਤਿੰਨਾਂ ਦੇ ਵਿਚਾਲਲਾ ਫੋਕਾ ਲਓ, ਤੀਜਾ ਇਹ ਫੋਕਾ ਲੈ ਗਿਆ, ਇਹ ਤਿੰਨ ਬਣ ਜਾਣਗੇ। ਤਿੰਨ ਪੈ ਗਏ, ਇਹ ਫੋਕਾ ਲੈ ਗਿਆ, ਦੋ ਸਿਲਾਈਆਂ ਦੇ ਵਿੱਚ ਡਿਜ਼ਾਇਨ ਬਣ ਜਾਂਦਾ। ਚਾਹੇ ਆਪਾਂ ਕਿੰਨੇ ਬਚਦੇ ਖੁਚਦੇ ਕਿੰਨੇ ਵੀ ਰੰਗ ਪਏ ਨੇ ਪਾ ਸਕਦੇ ਇਹਦੇ ਵਿੱਚ, ਮਿਕਸ ਮਿਕਸ ਜਿਹਾ ਲਸਰਾਂ ਜਿਹਾ ਬਹੁਤ ਸੋਹਣਾ ਲੱਗਦਾ। ਤਿੰਨ ਬੁਣ ਲਏ, ਇਹ ਫੋਕਾ ਲੈ ਗਿਆ, ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ। ਜੇ ਡਿਜ਼ਾਇਨ ਪਸੰਦ ਆਉਣ ਤਾਂ ਕਮੈਂਟ ਕਰਕੇ ਵੀ ਦੱਸਿਆ ਕਰੋ। ਸੋਰੀ, ਅਤੇ ਹੁਣ ਆਪਾਂ ਨੇ ਰੰਗ ਚੇਂਜ ਕਰਨਾ ਹੈ। ਹੁਣ ਜਿਹੜੇ ਆਹ ਬੰਦਾ ਹੈ, ਇਹਦੇ ਆਲੇ ਦੁਆਲੇ ਵਾਲੇ ਬੰਦੇ ਨੇ, ਇਹ ਚੇਂਜ ਹੋ ਜਾਣਗੇ। ਇਹ ਆਪਾਂ ਨੂੰ ਹੀ ਲਾਉਣਾ ਪਊਗਾ ਕਾਲਾ, ਕਿਉਂਕਿ ਇਹ ਤਿੰਨ ਬਣਾਉਣੇ ਨੇ ਆਪਾਂ ਨੇ। ਬਹੁਤ ਸੋਹਣਾ ਅਤੇ ਬਹੁਤ ਸੌਖਾ ਡਿਜ਼ਾਇਨ ਆ, ਕਮੈਂਟ ਕਰਕੇ ਜ਼ਰੂਰ ਦੱਸੋ ਉਹਨੂੰ ਡਿਜ਼ਾਇਨ ਇਹ ਕਿਵੇਂ ਲੱਗੇ।
ਇਹ ਡਿਜ਼ਾਇਨ ਇਸ ਤਰ੍ਹਾਂ ਬਣ ਕੇ ਤਿਆਰ ਹੋ। ਬਹੁਤ ਜਲਦੀ ਬਣਨ ਵਾਲਾ ਡਿਜ਼ਾਇਨ।